ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ ਬਹੁਤ ਸਵਾਗਤ। ਅਲਬਰਟਾ ਦੇ ਵਿੱਚ ਭਾਵੇਂ ਬਹੁਤ ਸਸਤੇ ਘਰ ਨੇ ਹਜੇ ਵੀ, ਬ੍ਰਿਟਿਸ਼ ਕੋਲੰਬੀਆ ਜਾਂ ਅੰਟੈਰੀਓ ਦੇ ਮੁਕਾਬਲੇ ਬਹੁਤ ਘੱਟ ਆਮਦਨ ਚਾਹੀਦੀ ਆ, ਪਰ ਉੱਥੇ ਘਰਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ, ਜਿਹੜੀ ਖਾਸ ਕਰ ਨਵੇਂ ਘਰ ਦੀ ਕੀਮਤ ਦੇ ਵਿੱਚ ਵਾਧਾ ਬਾਕੀ ਪ੍ਰੋਵਿੰਸਸ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੋਇਆ। ਜਿਹੜੇ ਨਵੇਂ ਘਰਾਂ ਦੀਆਂ ਕੀਮਤਾਂ ਆ ਇਹ ਹੌਲੀ ਹੌਲੀ ਵੱਧ ਰਹੀਆਂ ਆ, ਜਿੱਥੇ ਤੱਕ ਕਿ ਸਮਰ 2023 ਦੇ ਵਿੱਚ ਸੀਗੀਆਂ ਜਿਹੜੀਆਂ, ਪਰ ਇਹ ਕੀਮਤਾਂ ਹਜੇ ਵੀ ਬਾਵਜੂਦ 0.1% ਵਧਣ ਦੇ ਹਜੇ ਵੀ 0.9% ਜਿਹੜਾ ਅਗਸਤ 2022 ਦੇ ਵਿੱਚ ਜਿੱਥੇ ਇਹ ਹਾਈਐਸਟ ਸੀਗੀਆਂ ਉਹਦੇ ਤੋਂ ਥੱਲੇ, ਮਤਲਬ ਜਿੰਨੀਆਂ ਅਗਸਤ 2022 ਦੇ ਵਿੱਚ ਕੀਮਤਾਂ ਸੀਗੀਆਂ, ਕੋਸਟ ਸੀਗੀ ਘਰ ਦੀ, ਉਹਦੇ ਨਾਲੋਂ 0.9% ਹਜੇ ਵੀ ਥੱਲੇ ਦੱਸੇ ਜਾ ਰਹੇ ਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 0.3% ਜ਼ਿਆਦਾ ਘਰ ਮਹਿੰਗੇ ਹੋਏ ਆ ਜੁਲਾਈ ਦੇ ਵਿੱਚ ਜੂਨ ਨਾਲੋਂ। ਅਲਬਰਟਾ ਦੇ ਵਿੱਚ ਲਗਾਤਾਰ ਘਰਾਂ ਦੀ ਇਸ ਕੀਮਤ ਦੇ ਵਿੱਚ ਵਾਧਾ ਜਾਰੀ ਆ, ਸਪੈਸ਼ਲੀ ਕੈਲਗਰੀ ਦੇ ਵਿੱਚ ਜਿੱਥੇ 5.2% ਵਾਧਾ ਘਰਾਂ ਦੇ ਵਿੱਚ ਪਿਛਲੇ ਸਾਲ ਵਿੱਚ ਹੋਇਆ। ਸਸਕਾਚਵਿਨ ਦੇ ਵਿੱਚ ਜਿਹੜਾ ਮਹੀਨਾਵਾਰ ਵਾਧਾ ਜਾਂ ਮੰਥਲੀ ਇਨਕਰੀਜ਼ ਆ 0.4%, ਜਿਹੜਾ ਕਿ ਇੱਕ ਜਿਹੜਾ ਪਿਛਲੇ ਸਾਲ ਦੇ ਮੁਕਾਬਲੇ ਉਹਨੂੰ ਅੱਗੇ ਕ੍ਰੋਸ ਕਰ ਗਿਆ। ਰਜਾਈਆਂ ਦੇ ਵਿੱਚ ਹਜੇ ਵੀ ਕੀਮਤਾਂ ਘੱਟ ਨੇ ਜਿੰਨੀਆਂ ਪਿਛਲੇ ਸਾਲ ਦਾ ਜੇਕਰ ਮੁਕਾਬਲਾ ਕੀਤਾ ਜਾਵੇ। ਕੁਬੈਕ ਦੇ ਵਿੱਚ ਥੋੜ੍ਹੇ ਜਿਹੇ ਪੋਜ਼ਿਟਿਵ ਪ੍ਰਾਈਸ ਮੂਵਮੈਂਟ ਹੋਈ ਆ, ਭਾਵੇਂ ਕਿ ਜਿਹੜਾ ਸ਼ੇਅਰ ਬ੍ਰੋਕਰ ਰੀਜਨ ਆ ਉੱਥੇ ਦੱਸਿਆ ਜਾ ਰਿਹਾ ਕਿ 1.2% ਡਰੋਪ ਹੋਏ ਆ ਪਿਛਲੇ ਸਾਲ ਦੇ ਵਿੱਚ। ਅੰਟੈਰੀਓ ਬਹੁਤ ਮਹੱਤਵਪੂਰਨ ਸੂਬਾ ਆ ਕੈਨੇਡਾ ਦਾ, ਅੰਟੈਰੀਓ ਦੇ ਵਿੱਚ ਜਿਹੜੀ ਮੰਥ ਓਵਰ ਮੰਥ ਹੈਗਾ ਆ ਇਹ ਜਿਹੜਾ ਈਅਰ ਓਵਰ ਈਅਰ ਮਤਲਬ ਫਲੈਟ ਆ, ਮੰਥ ਓਵਰ ਮੰਥ ਕੁਛ ਨਹੀਂ ਹੋਇਆ, ਵਧਿਆ ਘਟਿਆ, ਪਰ ਈਅਰ ਓਵਰ ਈਅਰ 1.3% ਡਾਊਨ ਦੱਸਿਆ ਜਾ ਰਿਹਾ ਆ। ਸੋ ਬਹੁਤ ਕੁਛ ਉੱਤੇ ਥੱਲੇ ਇਹਦੇ ਵਿੱਚ ਹੋ ਰਿਹਾ ਆ ਕਿ ਕਿੰਨੀਆਂ ਕੋਸਟ ਕੀ ਸੀਗੀ ਉਹਦੀ, ਅਤੇ ਇਸ ਵੇਲੇ ਕਿੰਨੀ ਹੈ ਜਿਹੜਾ ਹਾਊਸਿੰਗ ਪ੍ਰਾਈਸ ਇੰਡੈਕਸ ਆ ਉਹਦੇ ਵਿੱਚ ਜੁਲਾਈ ਦੇ ਵਿੱਚ 23, ਜੂਨ ਦੇ ਵਿੱਚ 23, ਅਤੇ ਫਿਰ ਇੱਥੇ ਜਿਹੜਾ ਕਿ ਵੱਖਰਾ ਵੱਖਰਾ ਸਾਰੇ ਸੂਬਿਆਂ ਦੇ ਵਿੱਚ ਇਸ ਵੇਲੇ ਨਜ਼ਰ ਆ ਰਿਹਾ। ਅਗਲੀ ਗੱਲਬਾਤ ਦੋਸਤੋ, ਇੱਕ ਮਹੱਤਵਪੂਰਨ ਮੁੱਦੇ ਦੇ ਉੱਤੇ ਕਿ ਅੱਜ ਰੇਲ ਦੀ ਲੋਕਆਊਟ ਹੋਇਆ, ਜਿਹੜੇ ਦੋ ਵੱਡੀਆਂ ਰੇਲਾਂ ਕੈਨੇਡਾ ਦੇ ਵਿੱਚ ਇਹਨਾਂ ਦੀ ਸਟ੍ਰਾਈਕ ਹੋਈ ਆ। ਕੈਨੇਡਾ ਦੇ ਦੋ ਵੱਡੇ ਰੇਲ ਜਿਹੜੀਆਂ ਕੰਪਨੀਜ਼ ਨੇ, ਇੱਕ CN ਰੇਲ ਅਤੇ ਦੂਜੀ CPKC ਜਿਹਨੂੰ ਕਹਿੰਦੇ ਆ, ਇਹਨਾਂ ਨੇ ਵਰਕਰਸ ਜਿਹੜੇ ਆ ਉਹ ਸਟ੍ਰਾਈਕ ਦੇ ਉੱਤੇ ਚਲੇ ਗਏ, ਕਿਉਂਕਿ ਦੋਵਾਂ ਦਾ ਕੰਟਰੈਕਟ ਨਹੀਂ ਬਣ ਸਕਿਆ। ਜਿਹੜੇ ਕੰਮ ਕਰਨ ਵਾਲੇ ਹੁੰਦੇ ਆ, ਜਿਹੜਾ ਇਹਨਾਂ ਦਾ ਇੰਪਲਾਇਰ ਹੁੰਦਾ, ਜਿਹੜਾ ਮਾਲਕ ਹੁੰਦਾ, ਉਸ ਕੰਪਨੀ ਦੇ ਨਾਲ ਇਹਨਾਂ ਦੀ ਡੀਲ ਹੁੰਦੀ ਆ ਯੂਨੀਅਨ ਦੀ, ਵੀ ਕੀ ਐਤਕੀ ਆਪਣੀਆਂ ਸ਼ਰਤਾਂ ਨੇ ਕੰਮ ਕਰਨ ਦੀ ਆ, ਫਿਰ ਇੱਕ ਨੈਗੋਸ਼ੀਏਸ਼ਨ ਹੁੰਦੀ, ਫਿਰ ਕੰਟਰੈਕਟ ਬਣਦਾ ਕਿ ਇੰਨੇ ਤੁਹਾਨੂੰ ਪੈਸੇ ਮਿਲਣੇ ਆ, ਤੁਹਾਨੂੰ ਬੈਨੀਫਿਟ ਹੋਣੇ ਆ, ਇੱਦਾਂ ਇੱਦਾਂ ਗੱਲਾਂ ਬਾਤਾਂ, ਉਹ ਸਿਰੇ ਨਹੀਂ ਚੜ੍ਹੀਆਂ। ਇਹ ਹੁਣ ਇਹਦਾ ਅਸਰ ਬਹੁਤ ਵੱਡਾ ਪੈਣਾ, ਜਿਹੜੇ ਇੰਪੈਕਟ ਆ ਇਹਦਾ, ਲਗਭਗ 30,000 ਰੋਜ਼ ਇੱਧਰ ਉੱਧਰ ਜਾਣ ਵਾਲੇ ਵੱਡੇ ਕੰਪਿਊਟਰ ਸ਼ਹਿਰਾਂ ਦੇ ਵਿੱਚ ਜਿਹੜੇ ਨੇ, ਜ਼ਿਆਦਾ ਮੋਂਟਰੀਅਲ ਆ, ਟੋਰੋਂਟੋ ਆ, ਵੈਨਕੂਵਰ ਆ, ਉਹਨਾਂ ਦੇ ਉੱਤੇ ਰੇਲ ਸਰਵਿਸ ਜਿਹੜੀਆਂ ਸਸਪੈਂਡ ਹੋਈਆਂ, ਇਹਦਾ ਵੀ ਅਸਰ ਪੈਣਾ, ਗੋ ਟ੍ਰਾਂਜ਼ਿਟ ਡਿਸਟਰਪਸ਼ਨ ਵੀ ਹੋਊਗੀ। ਜਿਹੜਾ ਸਦਰਨ ਅੰਟੈਰੀਓ ਦੇ ਵਿੱਚ ਜਿਹੜੀ ਕੁਛ ਮਿਲਟਨ ਅਤੇ ਹੈਮਿਲਟਨ ਗੋ ਸੈਂਟਰਸ ਹੈਗੇ ਆ, ਉਹਨਾਂ ਦੇ ਉੱਤੇ ਅਸਰ ਪੈ ਰਿਹਾ, 81,100 ਕਸਟਮਰ ਦੇ ਉੱਤੇ ਇਕੱਲਾ ਉੱਥੇ ਫਰਕ ਪੈ ਰਿਹਾ। ਜਿਹੜੀ
ਜਿਹੜੇ ਕਸਟਮਰਸ ਨੇ, ਬਹੁਤ ਸਾਰੇ ਕੰਪਿਊਟਰ ਅੱਜ ਸਟੇਸ਼ਨਸ ਦੇ ਉੱਤੇ ਪਹੁੰਚੇ, ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਸ਼ਟਡਾਊਨ ਹੋ ਜਾਣਾ, ਦੇਰੀ ਹੋਈ, ਅਤੇ ਕੁਛ ਜਿਹੜੇ ਆ ਉਹਨਾਂ ਨੂੰ ਆਪਣਾ ਟਰੈਵਲ ਪਲਾਨ ਚੇਂਜ ਕਰਨਾ ਪਿਆ, ਕੁਛ ਕੰਮਾਂ ਕਾਰਾਂ ਦੇ ਉੱਤੇ ਲੇਟ ਪਹੁੰਚੇ। ਅਲਟਰਨੇਟ ਆਪਸ਼ਨਸ ਦੀਆਂ ਜਿਹੜੀਆਂ ਸ਼ਟਲ ਸਰਵਿਸਿਜ਼ ਨੇ ਉਹ ਕੁਛ ਥਾਵਾਂ ਦੇ ਉੱਤੇ ਪ੍ਰੋਵਾਈਡ ਕੀਤੀਆਂ ਗਈਆਂ ਕੁਛ ਸਟੇਸ਼ਨਸ ਦੇ ਉੱਤੇ, ਪਰ ਸਾਰੇ ਜਿਹੜੇ ਜਾਣ ਵਾਲੇ ਮੁਸਾਫਰ ਸੀਗੇ ਉਹਨਾਂ ਦੇ ਲਈ ਇਹ ਗੱਲਬਾਤ ਨਹੀਂ ਬਣੀ। ਜਿਹੜਾ ਮੌਂਟਰੀਅਲ ਦੇ ਵਿੱਚ ਸ਼ਟਡਾਊਨ ਹੋਇਆ, ਤਿੰਨ ਮੇਜਰ ਲਾਈਨਸ ਨੇ ਉੱਥੇ ਮੌਂਟਰੀਅਲ ਦੇ ਵਿੱਚ ਉਹ ਬੰਦ ਹੋਈਆਂ। 21,000 ਦੇ ਕਰੀਬ ਡੇਲੀ ਰਾਈਡਰ ਜਿਹੜੇ ਰੋਜ਼ ਕੰਮਾਂ ਕਾਰਾਂ 'ਤੇ ਜਾਣ ਵਾਲੇ ਨੇ ਉਹਨਾਂ ਦੇ ਉੱਤੇ ਇਹਦਾ ਅਸਰ ਪਿਆ। ਮੌਂਟਰੀਅਲ ਦੇ ਵਿੱਚ ਜਿਹੜੀ ਐਕਸੋ ਟ੍ਰਾਂਸਿਟ ਆ, ਉਹਨਾਂ ਨੇ ਵੀ ਵਾਰਨਿੰਗ ਦਿੱਤੀ ਹੈ ਕਿ ਬੱਸ ਸ਼ਟਲ ਜਿਹੜੀਆਂ ਨੇ ਉਹਨਾਂ ਨੂੰ ਰਿਪਲੇਸ ਕੀਤਾ ਜਾਊਗਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਇੱਥੇ ਆਪਣੇ ਵੈਨਕੂਵਰ ਦੇ ਵਿੱਚ ਜਿਹੜੀ ਟ੍ਰਾਂਸਲਿੰਕ ਆ ਸਸਪੈਂਡ ਹੋਈ ਆ, ਵੈਸਟ ਕੋਸਟ ਐਕਸਪ੍ਰੈਸ ਸਰਵਿਸ ਇਹਨਾਂ ਨੇ ਸਸਪੈਂਡ ਕੀਤੀ ਹੈ। 3,000 ਦੇ ਕਰੀਬ ਜਿਹੜੇ ਪੈਸੰਜਰ ਨੇ ਉਹਨਾਂ ਦੇ ਉੱਤੇ ਅਸਰ ਪਿਆ। ਅੰਟੈਰੀਓ ਸਰਕਾਰ ਪ੍ਰੀਮੀਅਰ ਡੱਗ ਫੋਰਡ ਜਿਹੜੇ ਨੇ ਉਹਨਾਂ ਨੇ ਰੇਲਵੇ ਅਤੇ ਯੂਨੀਅਨਸ ਨੂੰ ਕਿਹਾ ਵੀ ਭਾਈ ਆਪਣੀ ਗੱਲਬਾਤ ਜਿੰਨੀ ਛੇਤੀ ਹੁੰਦੀ ਤੁਸੀਂ ਨਿਬੇੜੋ ਤਾਂ ਕਿ ਫਰਦਰ ਜਿਹੜਾ ਡਿਲੇਅ ਜਾਂ ਡਿਸਟਰਪਸ਼ਨ ਆ ਉਹ ਨਾ ਹੋ ਸਕੇ। ਪਰ ਰੌਲਾ ਆ ਵੀ ਹਜੇ ਵੀ ਅਨਸਰਟਨਟੀ ਹੈ, ਸ਼ਟਡਾਊਨ ਜੇਕਰ ਲਗਾਤਾਰ ਰਹਿੰਦਾ ਆ, ਟਰਾਂਸਪੋਰਟੇਸ਼ਨ ਜਾਂ ਕੁਛ ਹੋਰ ਆਪਸ਼ਨਸ ਜਿਹੜੀਆਂ ਉਹ ਸਾਹਮਣੇ ਆਉਣਗੀਆਂ। ਵੱਖ ਵੱਖ ਉੱਧਰ ਪਾਇਲਟਸ ਦੀ ਵੀ ਗੱਲਬਾਤ ਹੋ ਰਹੀ ਆ ਵੀ ਸਟ੍ਰਾਈਕ ਦੇ ਉੱਤੇ ਜਾਣ ਦੇ ਲਈ ਹਾਂ ਕਰ ਦਿੱਤੀ ਆ। ਜਿਹੜੀਆਂ ਇਹ ਰੇਲਵੇਜ਼ ਨੇ ਇਹਨਾਂ ਦਾ ਵੱਡਾ ਅਸਰ ਇੰਪੈਕਟ ਜਿਹੜੀ ਟਰਾਂਸਪੋਰਟੇਸ਼ਨ ਦੇ ਉੱਤੇ ਅਤੇ ਦੂਜੀਆਂ ਚੀਜ਼ਾਂ ਦੇ ਉੱਤੇ ਪੈਂਦਾ ਹੈ, ਅਤੇ ਜਿਹਦੇ ਨਾਲ ਇਸ ਵੇਲੇ ਸਮੱਸਿਆ ਪੈਦਾ ਹੋ ਰਹੀ ਹੈ। ਅਗਲੀ ਗੱਲਬਾਤ ਦੋਸਤੋ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀਆਂ ਐਮਰਜੈਂਸੀ ਸਰਵਿਸਿਸ ਨੇ ਉਹਨਾਂ ਦੇ ਉੱਤੇ ਵੀਕਐਂਡਸ ਦੇ ਉੱਤੇ ਆਮ ਤੌਰ ਦੇ ਉੱਤੇ ਐਮਰਜੈਂਸੀ ਡਿਪਾਰਟਮੈਂਟ ਇੰਟੀਰੀਅਰ ਦੇ ਵਿੱਚ ਕਈ ਵਾਰੀ ਬੰਦ ਕਰ ਦਿੱਤੇ ਜਾਂਦੇ ਆ। ਵੈਨਕੂਵਰ ਏਰੀਆ ਦੇ ਜਿਹੜੇ ਐਮਰਜੈਂਸੀ ਡਿਪਾਰਟਮੈਂਟ ਨੇ ਉਹ ਜਿਹੜਾ 5ਵੀਂ ਵਾਰ ਹੋ ਗਿਆ ਕਿ ਸਟਾਫ ਸ਼ੋਰਟੇਜ ਕਰਕੇ ਉਹਨਾਂ ਨੂੰ ਦੂਜੇ ਪਾਸੇ ਭੇਜਣਾ ਪਿਆ ਹੋਵੇ। ਸੋ ਇਹ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਆ। ਜਿਹੜੇ ਕਈ ਥਾਵਾਂ ਦੇ ਉੱਤੇ ਕਈ ਵਾਰੀ ਕੋਈ ਮਸ਼ੀਨ ਓਪਰੇਟਰ ਨਹੀਂ ਹੁੰਦਾ, ਕੋਈ ਸੀਟੀ ਸਕੈਨ ਕਰਨ ਵਾਲਾ ਬੰਦਾ ਹੈ ਨਹੀਂ, ਕਿਤੇ ਕੁਛ ਹੈ ਨਹੀਂ। ਇਹ ਆਮ ਤੌਰ ਦੇ ਉੱਤੇ ਇੰਟੀਰੀਅਰ ਦੇ ਵਿੱਚ ਹੁੰਦਾ, ਪਰ ਕਈ ਵਾਰੀ ਵੱਡੇ ਸ਼ਹਿਰਾਂ ਦੇ ਮੇਜਰ ਹੋਸਪਿਟਲ ਦੇ ਵਿੱਚ ਵੀ ਸਟਾਫ ਦੀ ਸਮੱਸਿਆ ਆ ਰਹੀ ਹੈ। ਹੁਣ ਇਹ ਪ੍ਰੋਵਿੰਸ ਵਾਈਡ ਇਸ਼ੂ ਆ, ਸਾਰੇ ਹੀ ਜਿਹੜਾ ਪੇਸ਼ੈਂਟ ਆ ਉਹਨਾਂ ਨੂੰ ਆਸੇ ਪਾਸੇ ਭੇਜਣਾ ਪੈ ਰਿਹਾ, ਚਾਹੇ ਉਹ ਸ਼ਹਿਰੀ ਇਲਾਕੇ ਆ ਚਾਹੇ ਉਹ ਪੇਂਡੂ ਇਲਾਕੇ ਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹਨਾਂ ਦੇ ਉੱਤੇ ਜਿਹੜੇ ਇਹ ਐਮਰਜੈਂਸੀ ਡਿਪਾਰਟਮੈਂਟ 'ਤੇ ਬੰਦ ਹੋਣ ਦਾ ਅਸਰ ਪੈ ਰਿਹਾ ਆ, ਅਤੇ ਇਹ ਦੱਸ ਰਿਹਾ ਹੈ ਕਿ ਜਿਹੜੀ ਡਾਕਟਰ ਦੀ ਸ਼ੋਰਟੇਜ ਆ ਉਹ ਬਹੁਤ ਵੱਡੀ ਆ, ਅਤੇ ਉਹਦਾ ਅਸਰ ਬਹੁਤ ਵੱਡਾ ਪੈ ਰਿਹਾ। ਹੈਲਥ ਮਿਨਿਸਟਰ ਨੇ ਜਿਹੜੀ ਐਮਫਸਾਈਜ਼ ਕੀਤਾ ਰਿਕਰੂਟਮੈਂਟ ਦੇ ਉੱਤੇ ਵੀ ਸਾਡਾ ਫਾਇਦਾ ਹੋਇਆ, ਲੋਕ ਬਹੁਤ ਸਾਰੇ ਇਹਦੇ ਵਿੱਚ ਆਏ ਆ, ਪਰ ਨਾਲ ਇਹ ਵੀ ਦੱਸਿਆ ਕਿ ਇਹ ਇਨਸਫੀਸ਼ੈਂਟ ਆ, ਜਿੰਨੀ ਇਸ ਵੇਲੇ ਪਾਪੂਲੇਸ਼ਨ ਦੀ ਡਿਮਾਂਡ ਵੱਧ ਰਹੀ ਹੈ ਉਹਨੂੰ ਸਾਰੀ ਨੂੰ ਪੂਰਾ ਕਰਨ ਦੇ ਲਈ। ਵੀ ਡਿਮਾਂਡ ਹੀ ਇੰਨੀ ਜ਼ਿਆਦਾ ਆ ਇਸ ਵੇਲੇ ਕਿ ਗੱਲ ਕਿਸੇ ਪਾਸੇ ਲੱਗ ਨਹੀਂ ਰਹੀ, ਡਾਕਟਰ ਜਿਹੜੇ ਆ ਉਹ ਹੈ ਹੀ ਨਹੀਂ ਹੈ। ਜਿਹੜੇ ਕਲੋਜਰਸ ਨੇ ਇਹ ਐਮਰਜੈਂਸੀ ਡਿਪਾਰਟਮੈਂਟ ਹਸਪਤਾਲਾਂ ਦੇ ਵਿੱਚ ਉਹ ਹੌਲੀ ਦੇਣੇ ਪੇਸ਼ੈਂਟ ਨੂੰ ਰਿਜੈਕਟ ਕਰ ਦਿੰਦੇ ਆ ਕਿ ਜਿਹੜੀ ਅਰਬਨ ਸਰਵਿਸ ਫੇਲਿਓਰ ਦੀ ਜਿਹੜੀ ਇੱਕ ਪਰਸੈਪਸ਼ਨ ਜਿਹੜੀ ਆ ਉਹ ਨਾ ਉਸ ਤਰੀਕੇ ਦੇ ਨਾਲ ਬਣੇ। ਪ੍ਰੋਬਲਮ ਬਹੁਤ ਵੱਡੀ ਆ। ਫਰੇਜ਼ਰ ਹੈਲਥ ਦੇ ਜਿਹੜੇ ਫਰੇਜ਼ਰ ਹੈਲਥ ਹੈਗੀ ਆ, ਇਹ ਆਪਣੇ ਆਪ ਦੇ ਵਿੱਚ ਇਹ ਗੱਲ ਮੰਨਦੇ ਆ ਕਿ ਸ਼ੋਰਟੇਜ ਲੰਬਾ ਸਮਾਂ ਹਜੇ ਰਹਿਣ ਦੀ ਸੰਭਾਵਨਾ ਆ। ਹੈਲਥ ਅਥੋਰਿਟੀਜ਼ ਆਪਣੀ ਸਟਰਗਲ ਕਰ ਰਹੀਆਂ, ਸਾਰੀਆਂ ਹੈਲਥ ਅਥੋਰਿਟੀਜ਼ ਇਸ ਰੀਜਨ ਦੇ ਵਿੱਚ ਡੀਲ ਕਰ ਰਹੀਆਂ ਐਮਰਜੈਂਸੀ ਸਟਾਫ ਸ਼ੋਰਟੇਜ ਦੇ ਨਾਲ, ਅਤੇ ਜਿਹੜੀ ਦੇ ਨਾਲ ਸਰਵਿਸ ਡਿਸਟਰਪਸ਼ਨ ਹੋਰ ਜ਼ਿਆਦਾ ਹੋ ਰਹੀ ਹੈ।
ਐਨਡੀਪੀ ਦਾ ਹੈਲਥ ਕ੍ਰਾਈਸਿਸ ਜਿਹੜਾ ਆ ਇੱਕ ਚੈਲੰਜ ਹੋ ਸਕਦਾ ਇਹਨਾਂ ਦੇ ਲਈ ਆਉਣ ਵਾਲੇ ਇਲੈਕਸ਼ਨ ਦੇ ਵਿੱਚ। ਅਸੀਂ ਕੁਛ ਦਿਨ ਪਹਿਲਾਂ ਵੀ ਗੱਲਬਾਤ ਕੀਤੀ ਸੀ, ਬੰਦੇ ਦੇ ਦਰਦ ਹੁੰਦਾ ਸ਼ਨੀਵਾਰ ਐਤਵਾਰ ਅਤੇ ਮੂਹਰੇ ਜਾ ਕੇ ਜਦੋਂ ਹਸਪਤਾਲ 'ਚ ਜਾਂਦਾ ਉਹ ਕਹਿੰਦੇ ਡਾਕਟਰ ਹੈ ਨਹੀਂ, ਹਸਪਤਾਲ ਦਾ ਐਮਰਜੈਂਸੀ ਡਿਪਾਰਟਮੈਂਟ ਬੰਦ ਆ, ਉਹ ਬੰਦਾ ਫਿਰ ਸਰਕਾਰ 'ਤੇ ਗੁੱਸਾ ਕੱਢਦਾ, ਚਾਹੇ ਸਟਾਫ ਸ਼ੋਰਟੇਜ ਆ, ਮਸਲਾ ਆ, ਪਾਪੂਲੇਸ਼ਨ ਆ, ਉਹਨੂੰ ਨਹੀਂ ਪਤਾ ਇਸ ਗੱਲ ਦਾ, ਉਹਦਾ ਗੁੱਸਾ ਸਿੱਧਾ ਐਨਡੀਪੀ ਦੇ ਉੱਤੇ ਨਿਕਲਣਾ ਕਿ ਭਾਈ ਮੈਂ ਵੋਟਾਂ ਨਹੀਂ ਪਾਉਣੀਆਂ ਇਹਨਾਂ ਨੂੰ ਐਤਕੀ, ਮੈਂ ਕਿਤੇ ਹੋਰ ਵੋਟ ਪਾਊਂਗਾ ਕਿਉਂਕਿ ਮੈਨੂੰ ਤੰਗੀ ਕੱਟਣੀ ਪਈ ਆ। ਈਵਨ ਜਿਹੜੇ ਵੱਡੇ ਹੋਸਪਿਟਲਸ ਨੇ ਉਹਨਾਂ ਦੇ ਵਿੱਚ ਜਿਹੜੇ ਹੁਣ ਡਾਕਟਰ ਪੂਰੇ ਨਹੀਂ ਆ, ਡਾਕਟਰ 7 ਦਿਨ 24 ਘੰਟੇ 'ਤੇ ਕੰਮ ਕਰ ਨਹੀਂ ਸਕਦੇ, ਜਿੱਥੇ ਕਿਤੇ ਰੂਰਲ ਏਰੀਏ ਦੇ ਵਿੱਚ ਜਾਂ ਇੰਟੀਰੀਅਰ ਦੇ ਵਿੱਚ ਉਹ ਕੰਮ ਕਰਦੇ ਆ, ਜਦੋਂ ਉਹ ਛੁੱਟੀ 'ਤੇ ਚਲੇ ਗਏ ਮੰਨ ਲਓ ਸ਼ਨੀਵਾਰ ਐਤਵਾਰ, ਉੱਥੇ ਫਿਰ ਡਾਕਟਰ ਹੀ ਹੈ ਨਹੀਂ। ਜਾਂ ਤਾਂ ਹੋਵੇ ਵੀ ਕਿ 8-10 ਡਾਕਟਰ ਹੁੰਦੇ ਆ, ਉਹਨਾਂ ਦੇ ਵਿੱਚੋਂ ਕੁਛ ਚਲੇ ਗਏ ਅਤੇ ਉਹਨਾਂ ਦੇ ਵਿੱਚੋਂ ਕੁਛ ਡਾਕਟਰ ਰਹਿਣਗੇ, ਐਮਰਜੈਂਸੀ ਡਿਪਾਰਟਮੈਂਟ ਸਦਾ ਖੁੱਲ੍ਹਾ ਰਹੂਗਾ, ਡਾਕਟਰ ਸਾਵੇਂ ਨੇ, ਜਿੰਨੇ ਕੁ ਚਾਹੀਦੇ ਉਨੇ ਕੀ ਆ ਉੱਥੇ, ਪਰ ਜਦੋਂ ਫਿਰ ਉਹ ਚਲੇ ਜਾਂਦੇ ਆ ਤਾਂ ਉਹ ਡਿਪਾਰਟਮੈਂਟ ਇਹਨਾਂ ਨੂੰ ਬੰਦ ਕਰਨਾ ਪੈਂਦਾ, ਉਹਨਾਂ ਨੂੰ ਇਹ ਦੂਜੀ ਥਾਂ ਦੇ ਉੱਤੇ ਭੇਜ ਦਿੰਦੇ ਵੀ ਕਿ ਜੇ ਮੇਰਠ ਦੇ ਵਿੱਚ ਬੰਦ ਹੋ ਗਿਆ ਤਾਂ ਤੁਸੀਂ ਕੈਮਲੂਪਸ ਚਲੇ ਜਾਓ ਅਤੇ ਜਾਂ ਫਲਾਣੇ ਵਾਲੇ ਫਲਾਣੇ ਸ਼ਹਿਰ ਦੇ ਵਿੱਚ ਚਲੇ ਜਾਓ। ਉਹ ਐਨਡੀਪੀ ਦੇ ਉੱਤੇ ਇਹਦਾ ਅਸਰ ਪੈ ਸਕਦਾ ਇਸ ਵੇਲੇ। ਜਿਹੜੇ ਰਿਕਰੂਟਮੈਂਟ ਪਲੈਨਸ ਨੇ, ਡਾਕਟਰ ਰੱਖੇ ਇਹਨਾਂ ਨੇ ਬਹੁਤ, ਇਹ ਨਹੀਂ ਕਿ ਡਾਕਟਰ ਨਹੀਂ ਰੱਖੇ, ਪਰ ਦੁਨੀਆ ਹੀ ਇੰਨੀ ਵੱਧ ਗਈ ਆ ਕਿ ਡਾਕਟਰ ਫਿਰ ਵੀ ਥੋੜ੍ਹੇ ਆ, ਜਿਹੜਾ ਵਿਦਾਊਟ ਜਿਹੜੇ ਜਿਨ੍ਹਾਂ ਦੇ ਕੋਲ ਫੈਮਿਲੀ ਫਿਜ਼ੀਸ਼ੀਅਨ ਨਹੀਂ ਸੀਗਾ, ਫੈਮਿਲੀ ਡਾਕਟਰ ਨਹੀਂ ਸੀ, ਉਹਨਾਂ ਦੀ ਗਿਣਤੀ ਘਟੀ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਇੱਕ ਹਾਂ ਪੱਖੀ ਗੱਲ ਆ, ਪਰ ਹਜੇ ਵੀ ਡਾਕਟਰ ਪੂਰੇ ਨਹੀਂ ਆ। ਸਰਕਾਰ ਜਿਹੜੀ ਇਸ ਵੇਲੇ ਉਹ ਕਲੇਮ ਇਹ ਕਰ ਰਹੀ ਆ ਕਿ ਇਹਨਾਂ ਦੇ ਕੋਲ ਇੱਕ ਪਲੈਨ ਆ ਜਿਹਦੇ ਵਿੱਚ ਜਿਹੜੇ ਪੇਸ਼ੈਂਟ ਆ ਉਹਨਾਂ ਨੂੰ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਮਤਲਬ ਇਸ ਤਰ੍ਹਾਂ ਨਹੀਂ ਕੀਤਾ ਜਾਊਗਾ, ਜਿਹੜੇ ਪੈਂਡੈਮਿਕ ਤੋਂ ਪਹਿਲਾਂ ਕਦੇ ਵੀ ਨਹੀਂ ਸੀ ਡਾਇਵਰਟ ਕੀਤੇ ਗਏ, ਉਹਦੇ ਉੱਤੇ ਅਸੀਂ ਜਿਹੜੀ ਇਸ ਵੇਲੇ ਸਟ੍ਰੈਟਜੀਜ਼ ਆ ਉਹਦਾ ਕੁਛ ਨਾ ਕੁਛ ਕਰਾਂਗੇ, ਪਰ ਉਹ ਕੰਮ ਕਰਦੀਆਂ ਨਜ਼ਰ ਨਹੀਂ ਆ ਰਹੀਆਂ। ਜਿਹੜਾ ਇੱਕ ਨਵਾਂ ਮੈਡੀਕਲ ਸਕੂਲ ਸੀ ਔਰ ਬਹੁਤ ਕਰੂਸ਼ੀਅਲ ਚੀਜ਼ ਆ, ਉਹ ਡਿਲੇ ਹੋ ਰਿਹਾ, 2026 ਤੱਕ ਨਹੀਂ ਖੁੱਲ੍ਹਣਾ, ਅਤੇ ਜੇ ਸਕੂਲ ਨਹੀਂ ਖੁੱਲ੍ਹਣਾ, ਕਾਲਜ ਨਹੀਂ ਖੁੱਲ੍ਹਣਾ, ਤਾਂ ਉਹਦੇ ਵਿੱਚ ਫਿਰ ਡਾਕਟਰ ਨਵੇਂ ਕਿੱਥੋਂ ਆਉਣਗੇ। ਦੂਜੀ ਗੱਲ ਇਹ, BC ਇਕੱਲਾ ਕੁਛ ਨਹੀਂ ਕਰ ਸਕਦਾ, ਨੈਸ਼ਨਲ ਕ੍ਰਾਈਸਿਸ ਆ। ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਹ ਗੱਲ ਦੱਸਿਆ ਆ ਕਿ ਬ੍ਰਿਟਿਸ਼ ਕੋਲੰਬੀਆ ਦੇ ਲਈ ਇਹ ਇਕੱਲਾ ਮਸਲਾ ਨਹੀਂ ਹੈ, ਸਗੋਂ ਹੈਲਥ ਕੇਅਰ ਕ੍ਰਾਈਸਿਸ ਦੇ ਨਾਲ ਸਾਰੇ ਦੇਸ਼ ਦੇ ਉੱਤੇ ਵੱਡਾ ਫਰਕ ਪਿਆ ਆ। ਸੋ ਵੈਨਕੂਵਰ ਐਮਰਜੈਂਸੀ ਡਿਪਾਰਟਮੈਂਟ ਨੇ ਪੇਸ਼ੈਂਟਸ ਨੂੰ 5ਵੀਂ ਵਾਰੀ ਜਿਹੜਾ ਇੱਕ ਤਰੀਕੇ ਦੇ ਨਾਲ ਡਾਇਵਰਟ ਕੀਤਾ ਆ, ਜਿਹੜਾ ਇੱਕ ਚਿੰਤਾ ਵਾਲੀ ਗੱਲ ਆ, ਅਤੇ ਦੂਜਾ ਕੌਣ ਜ਼ਿੰਮੇਵਾਰ ਆ ਇਹਦਾ ਪਤਾ ਨਹੀਂ, ਪਰ ਇਸ ਸਰਕਾਰ ਦੇ ਉੱਤੇ ਇਹਨਾਂ ਆਉਣ ਵਾਲੀਆਂ ਵੋਟਾਂ ਦੇ ਵਿੱਚ ਐਨਡੀਪੀ ਨੂੰ ਇਹਦਾ ਖਾਮਿਆਜਾ ਭੁਗਤਣਾ ਜ਼ਰੂਰ ਪੈ ਸਕਦਾ। ਥੋੜ੍ਹੇ ਜਿਹੇ ਦਿਨ ਦੋਸਤੋ ਰਹਿ ਗਏ ਆ, ਇਹ ਤੋਂ ਅਗਲੇ ਹਫ਼ਤੇ ਨੂੰ ਸਕੂਲ BC ਦੇ ਵਿੱਚ ਖੁੱਲ੍ਹ ਜਾਣੇ ਆ ਲੌਂਗ ਵੀਕਐਂਡ ਤੋਂ ਬਾਅਦ, ਜਿਹੜਾ 4 ਨਵੰਬਰ 3 ਸਤੰਬਰ ਨੂੰ, ਸਤੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ। ਅਤੇ ਸਕੂਲ ਈਅਰ ਆ ਜਿਹੜਾ ਇਸ ਵੇਲੇ ਮਤਲਬ 2 ਹਫ਼ਤੇ ਤੋਂ ਵੀ ਘੱਟ ਸਮਾਂ ਇਹਦੇ ਵਿੱਚ ਰਹਿ ਗਿਆ ਆ, ਤਾਂ ਜਿਹੜੇ ਟੀਚਰਸ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹ ਗਾਈਡਲਾਈਨਸ ਬਣਾ ਰਹੇ ਆ ਕਿ ਜਿਹੜਾ ਸੈੱਲਫੋਨ ਕਲਾਸਰੂਮ ਦੇ ਵਿੱਚ ਕਿੱਦਾਂ ਬੰਦ ਕਰਨਾ। ਇਹ ਪ੍ਰੋਵਿੰਸ਼ੀਅਲ ਸਰਕਾਰ ਨੇ ਅਨਾਊਂਸ ਕੀਤਾ ਸੀ ਜਨਵਰੀ ਦੇ ਵਿੱਚ ਕਿ ਇਹ ਕੁਛ ਇੱਦਾਂ ਦਾ ਕਰ ਰਹੇ ਆ ਜਿਹਦੇ ਨਾਲ ਬੱਚਿਆਂ ਨੂੰ ਔਨਲਾਈਨ ਥਰੈਟਸ ਤੋਂ ਬਚਾਇਆ ਜਾ ਸਕੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਰਕਾਰ ਨੇ ਕਿਹਾ ਸੀ ਕਿ ਜਿਹੜੀਆਂ ਕੁਛ ਖੋਜਾਂ ਹੋਈਆਂ ਆ ਉਹ ਇਹ ਦੱਸ ਰਹੀਆਂ ਆ ਕਿ ਜਿੰਨੀ ਜ਼ਿਆਦਾ ਸੈੱਲ ਫੋਨ ਦੇ ਨਾਲ ਡਿਸਟਰਬੈਂਸ ਕਲਾਸ ਦੇ ਵਿੱਚ ਹੁੰਦੀ ਆ, ਸੋਸ਼ਲ ਮੀਡੀਆ ਪਲੈਟਫਾਰਮ ਅਡਿਕਟਿਵ ਬਣਦਾ ਜਾ ਰਿਹਾ ਆ, ਮਤਲਬ ਉਹਦਾ ਜਿਹੜਾ ਅਲੈਗਦੋਰਿਜ਼ਮਸ ਆ ਜਿਹੜਾ ਅਡਿਕਟਿਵ ਆ ਕਿ ਉਹ ਬੰਦਾ ਲੱਗ ਜਾਂਦਾ ਉਹਦੇ ਉੱਤੇ, ਅਤੇ ਜਿਸ ਤਰੀਕੇ ਦੇ ਨਾਲ
ਜਿਹੜੇ ਨੌਜਵਾਨ ਮੁੰਡੇ ਕੁੜੀਆਂ ਹੈ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਐਕਸਪਲੋਇਟ ਕੀਤਾ ਜਾ ਰਿਹਾ, ਇਹ ਇਹਨਾਂ ਨੂੰ ਬਚਾਉਣਾ ਚਾਹੁੰਦੇ ਆ ਇਹਦੇ ਉੱਤੋਂ। ਜਿਹੜੇ ਮਾਪੇ ਨੇ ਉਹ ਇਸ ਮਾਮਲੇ ਦੇ ਵਿੱਚ ਸੋਚ ਰਹੇ ਆ ਵੀ ਕਿੱਦਾਂ ਇਹਨਾਂ ਨੂੰ ਬਚਾਇਆ ਜਾ ਸਕੇ, ਪੇਰੈਂਟਸ ਜਿਹੜੇ ਆ ਵੀ ਇਹਨਾਂ ਨੂੰ ਰਿਸਟ੍ਰਿਕਟ ਕਿੱਦਾਂ ਕੀਤਾ ਜਾਵੇ ਸਾਰੇ ਕੁਛ ਨੂੰ। ਹੁਣ ਸਕੂਲ ਕਿਉਂਕਿ ਖੁੱਲ੍ਹ ਜਾਣੇ ਆ, ਸੈੱਲ ਫੋਨ ਅਲਾਊਡ ਨਹੀਂ ਆ, ਇਹ ਇੱਕ ਨਵਾਂ ਕੰਮ ਆ, ਇਹਨੂੰ ਕਿੱਦਾਂ ਲਾਗੂ ਕਿੱਦਾਂ ਕੀਤਾ ਜਾਊਗਾ, ਇਹ ਅਧਿਆਪਕ ਦੇ ਲਈ ਬਹੁਤ ਵੱਡਾ ਚੈਲੇਂਜ ਆ। ਲੱਗਦਾ ਕਿ BC ਦੇ ਵਿੱਚ ਜਿਹੜੀਆਂ ਪੋਲਿਸੀਜ਼ ਨੇ ਜਿਹੜੀਆਂ ਸੈੱਲ ਫੋਨ ਸੰਬੰਧੀ, ਸੈੱਲ ਫੋਨ ਯੂਜ਼ ਸੰਬੰਧੀ ਬਹੁਤ ਸਾਰੇ ਸਕੂਲਾਂ ਦੇ ਵਿੱਚ ਇਹ ਇੱਕ ਇਸ਼ੂ ਹੈਗਾ ਆ, ਅਤੇ ਡਿਸਟ੍ਰਿਕਟ ਲੈਵਲ ਦੇ ਉੱਤੇ ਜਾਂ ਈਵਨ ਸਕੂਲ ਰੂਮ ਲੈਵਲ ਦੇ ਉੱਤੇ ਕਲਾਸ ਬਾਈ ਕਲਾਸ ਇਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੈਂਡਲ ਕੀਤਾ ਜਾਣਾ ਚਾਹੀਦਾ। BC ਟੀਚਰਸ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਨੇ ਜਿਹੜੇ ਕਲਿੰਟ ਜੌਨਸਟਨ, ਉਹਨਾਂ ਨੇ ਇਹ ਗੱਲਬਾਤ ਦੱਸੀ ਹੈ। ਜਿਹੜੇ ਟੀਚਰਸ ਨੇ ਉਹਦੇ ਕੋਲ ਇਹ ਮਤਲਬ ਕਹਿ ਲਓ ਕਿ ਆਟੋਨੋਮੀ ਆ ਕਿ ਉਹ ਜਿਹੜਾ ਆਪਣੇ ਕਲਾਸਰੂਮ ਦੇ ਵਿੱਚ ਕਰ ਸਕਦਾ ਆ, ਅਤੇ ਜਿਹੜੇ ਸੈੱਲ ਫੋਨਸ ਦੇ ਸੰਬੰਧੀ ਉਹਦੇ ਮਤਲਬ ਉਸ ਅੰਬਰੇਲਾ ਦੇ ਥੱਲੇ ਆਉਂਦੇ ਆ ਜਿਹਨੂੰ ਉਹ ਲਾਗੂ ਕਰ ਸਕਦਾ। ਇਸ਼ੂ ਬਹੁਤ ਕੰਪਲੈਕਸ ਆ, ਇਹਨੂੰ ਲਾਗੂ ਕਿੱਦਾਂ ਕਰਨਾ, ਬੱਚੇ ਨੂੰ ਇਹਨਾਂ ਤੋਂ ਬਚਾਉਣਾ ਕਿੱਦਾਂ ਆ, ਜਿੱਥੇ ਇੱਕ ਵੱਡਾ ਇਸ਼ੂ ਆ। ਸੋ ਸਕੂਲ ਦੇ ਵਿੱਚ ਟੀਚਰਾਂ ਦੇ ਕੋਲ ਜਾਣ ਤੋਂ ਪਹਿਲਾਂ ਇਸ ਵੇਲੇ ਇੱਕ ਸਮੱਸਿਆ ਜ਼ਰੂਰ ਆ ਕਿ ਬੱਚਾ ਜਿਹੜਾ ਉਹਨੂੰ ਮਤਲਬ ਇੱਕ ਕਲਾਸ ਦੇ ਵਿੱਚ ਹੋ ਸਕਦਾ ਵੀ ਉਹਨੂੰ ਟੀਚਰ ਅਲਾਓ ਕਰਦੇ ਵੀ ਤੂੰ ਇੱਦਾਂ ਸੈੱਲ ਫੋਨ ਵਰਤ ਸਕਦਾ, ਹੋ ਸਕਦਾ ਦੂਜੀ ਵਾਲਾ ਨਾ ਵਰਤੇ। ਇਹ ਉਹਨਾਂ 'ਤੇ ਡਿਪੈਂਡ ਕਰਦਾ ਆ ਕਿ ਜਿਹੜੀ ਕੋਈ ਕੰਕਰੀਟ ਰੂਲ ਜਿਹੜਾ ਇਸ ਕਿਸਮ ਦਾ ਨਹੀਂ ਆ, ਪਰ ਇਹ ਹੋਊਗਾ ਜ਼ਰੂਰ ਕਿ ਜੇ ਬੱਚੇ ਜਾਂ ਮਾਪੇ ਨੂੰ ਨਹੀਂ ਪਸੰਦ ਕਰਦੇ ਉਹ ਆਪਣੀਆਂ ਕੰਪਲੇਂਟਸ ਜਿਹੜੀਆਂ ਪ੍ਰਿੰਸੀਪਲ ਤੱਕ ਲਿਜਾ ਸਕਦੇ ਆ, ਉਹਦਾ ਫਿਰ ਕੋਈ ਨਾ ਕੋਈ ਹੱਲ ਨਿਕਲ ਸਕਦਾ। ਪਰ ਇਸ ਵੇਲੇ ਇੱਕ ਜਿਹੜਾ ਇਸ ਵੇਲੇ ਪ੍ਰਸੰਪਸ਼ਨ ਇਹ ਆ ਕਿ ਹਰ ਇੱਕ ਬੱਚੇ ਦੇ ਕੋਲ ਜਿਹੜਾ ਵੀ ਪ੍ਰੋਵਿੰਸ ਦੇ ਵਿੱਚ ਹੈਗਾ ਉਹਦੇ ਕੋਲ ਬਹੁਤ ਈਜ਼ੀ ਐਕਸੈਸੀਬਲ ਟੈਕਨੋਲੋਜੀ ਆ ਸੈੱਲ ਫੋਨ, ਅਤੇ ਜੇ ਉਹਨੂੰ ਉਹ ਕਲਾਸਰੂਮ ਦੇ ਵਿੱਚ ਯੂਜ਼ ਕਰਦਾ ਆ ਤਾਂ ਉਹਦਾ ਕੀ ਅਰਥ ਲਿਆ ਜਾਣਾ ਚਾਹੀਦਾ। ਇਹ ਇਸ ਵੇਲੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਵੱਡਾ ਮੁੱਦਾ ਜਿਹੜਾ ਸਾਹਮਣੇ ਆਊਗਾ। ਅਗਲੀ ਗੱਲਬਾਤ ਦੋਸਤੋ ਆਪਣੀ BC ਦੀ ਇਲੈਕਸ਼ਨ ਦੀ, BC ਇਲੈਕਸ਼ਨ ਇਸ ਵੇਲੇ ਪੂਰੀ ਤਰ੍ਹਾਂ ਪੱਕ ਚੁੱਕੀ ਹੈ, ਭਾਵੇਂ ਸਾਹਮਣੇ ਨਜ਼ਰ ਨਹੀਂ ਆ ਰਹੀ ਪਰ ਪਿੱਛੇ ਪਿੱਛੇ ਸਾਰਾ ਕੁਝ ਚੱਲ ਰਿਹਾ ਹੈ ਕਿਉਂਕਿ ਥੋੜ੍ਹਾ ਜਿਹਾ ਸਮਾਂ ਇਲੈਕਸ਼ਨ ਦੇ ਵਿੱਚ ਰਹਿ ਗਿਆ। ਪ੍ਰੀਮੀਅਰ ਡੇਵਿਡ ਡੀਬੀ ਇਹਨਾਂ ਨੇ ਓਕ ਬੇ ਐਵਨਿਊ ਦੇ ਉੱਤੇ ਗਏ ਆ ਇਸ ਹਫ਼ਤੇ ਦੇ ਵਿੱਚ, ਅਤੇ ਆਪਣੇ NDP ਕੈਂਡੀਡੇਟਸ ਜਿਹੜੀ ਡਾਇਨਾ ਗਿਬਸਨ ਉਹਨਾਂ ਦੇ ਨਾਲ, ਇੱਕ ਆਈਸਟ ਅਮੈਰੀਕੈਨੋ ਅਤੇ ਮਤਲਬ ਉਹਦੇ ਨਾਲ, ਅਤੇ ਜਿਹੜੇ ਸੀਨੀਅਰਸ ਨੇ ਕੁਛ ਉਹਨਾਂ ਦੇ ਨਾਲ ਆਪਣੇ ਹੈਲਥ ਕੇਅਰ ਦੇ ਕੰਸਰਨ ਡਿਸਕਸ ਕਰ ਰਹੇ ਆ। BC ਕੰਸਰਵੇਟਿਵ ਲੀਡਰ ਜੌਨ ਰਸਟਰ ਨੇ ਉਹ ਇਸ ਵੇਲੇ ਮਤਲਬ ਨਦਰਨ BC ਦੇ ਵਿੱਚ ਜ਼ੋਰ ਲਾ ਰਹੇ ਆ, ਕਈ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਗਏ ਆ, ਇਸ ਵੀਕਐਂਡ ਦੇ ਉੱਤੇ ਵੀ ਜਾ ਰਹੇ ਆ, ਜਿਹੜੀ ਵੋਟ ਰਿਚ ਸਰੀ ਹੈ ਇਹਦੇ ਉੱਤੇ ਖਾਸ ਤੌਰ 'ਤੇ ਜ਼ੋਰ ਲਾ ਰਹੇ ਆ। ਪਾਰਟੀ ਜਿਹੜੀ ਉਹ ਕੋਸ਼ਿਸ਼ ਕਰ ਰਹੀ ਆ ਕਿ ਇੱਥੋਂ ਸੀਟਸ ਪਿੱਕ ਕੀਤੀਆਂ ਜਾ ਸਕਣ। BC ਯੂਨਾਈਟਡ ਦੇ ਲੀਡਰ ਕੈਵਲ ਫਾਲਕਨ ਨੇ ਉਹ ਹੋਰ ਪੋਲਿਸੀ ਅਨਾਊਂਸਮੈਂਟ ਬਣਾ ਰਹੇ ਆ, ਅੱਜ ਹੀ ਉਹਨਾਂ ਨੇ ਕਰ ਦੇਣੀ ਆ, ਅਤੇ BC ਗ੍ਰੀਨ ਲੀਡਰ ਜਿਹੜੇ ਸੋਨੀਆ ਫਸਟਨਾ ਆ ਉਹ ਵੀ ਡੋਰ ਨੋਕਿੰਗ ਕਰ ਰਹੇ ਆ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਹੋਰ ਉੱਤੇ ਨੂੰ ਥੋੜ੍ਹਾ ਜਿਹਾ ਜਾ ਸਕੀਏ। ਪ੍ਰੋਵਿੰਸ਼ੀਅਲ ਇਲੈਕਸ਼ਨ ਕੈਂਪੇਨ ਅਫੀਸ਼ਲੀ ਸਟਾਰਟ ਨਹੀਂ ਹੋਣੀ 21 ਸਤੰਬਰ ਤੱਕ, 21 ਸਤੰਬਰ ਨੂੰ ਇਹਨੂੰ ਮਤਲਬ ਮੰਨਿਆ ਜਾਊਗਾ, ਪਰ ਚਾਰੋਂ ਪਾਰਟੀ ਲੀਡਰ ਜਿਹੜੇ ਨੇ ਇਸ ਵੇਲੇ ਉਹਨਾਂ ਨੇ ਪਹਿਲਾਂ ਹੀ ਕੈਂਪੇਨ ਜਿਹੜੀ ਆ ਉਹ ਸ਼ੁਰੂ ਕੈਂਪੇਨ ਮੋਡ ਦੇ ਵਿੱਚ ਆ ਚੁੱਕੇ ਆ, ਅਤੇ ਆਪਣੇ ਆਪਣੇ ਤਰੀਕਿਆਂ ਦੇ ਨਾਲ ਵੱਖ ਵੱਖ ਲੋਕਾਂ ਦੇ ਨਾਲ ਇਨਵੋਲਵ ਦੱਸੇ ਜਾ ਰਹੇ ਆ।
ਡੇਵਿਡ ਵੀ ਜੌਨ ਰਸਟਰ ਅਤੇ ਕੈਵਨ ਫਾਲਕਨ ਸਾਰਿਆਂ ਦੀ ਇਹ ਪਾਰਟੀ ਲੀਡਰ ਵਜੋਂ ਪਹਿਲੀ ਇਲੈਕਸ਼ਨ ਆ, ਫਸਟ ਨੋਂ ਜਿਹੜੀ ਆ ਉਹਦੀ ਦੂਜੀ ਇਲੈਕਸ਼ਨ ਆ, ਕਿਉਂਕਿ ਡੇਵਿਡ ਵੀ ਪਹਿਲਾਂ ਇਲੈਕਸ਼ਨ ਲੜੀ ਨਹੀਂ ਇਹਨਾਂ ਨੇ ਐਜ਼ ਅ ਲੀਡਰ, ਜਿਹੜੇ ਆਪਣੇ ਜਿਹੜੇ ਪਹਿਲਾਂ ਇਹਨਾਂ ਨੇ ਜਦੋਂ ਹੀ ਸਾਡੇ ਜਿਹੜੇ ਜੌਨ ਹੋਰਗਨ ਆ ਉਹ ਰਿਜ਼ਾਈਨ ਕਰਕੇ ਗਏ ਆ, ਉਹ ਤੋਂ ਬਾਅਦ ਇਹ ਲੀਡਰ ਬਣੇ ਆ। ਇਸੇ ਤਰ੍ਹਾਂ ਜਿਹੜੇ ਜੌਨ ਰਸਟਰ ਨੇ ਉਹਨਾਂ ਦੀ ਤਾਂ ਪਾਰਟੀ ਪਹਿਲਾਂ ਹੈ ਨਹੀਂ ਸੀ, ਉਹ ਸੀਗੇ ਹੀ ਇਹਨਾਂ ਦੇ ਵਿੱਚ ਲਿਬਰਲਸ ਦੇ ਵਿੱਚ, ਉੱਧਰੋਂ ਇੱਧਰ ਕੰਜ਼ਰਵੇਟਿਵ ਦੇ ਵਾਲੇ ਪਾਸੇ ਗਏ ਆ। ਕੈਵਨ ਫਾਲਕਨ ਬਹੁਤ ਪਹਿਲਾਂ ਸਿਆਸਤ ਦੇ ਵਿੱਚ ਸੀਗੇ, ਫਿਰ ਛੱਡ ਗਏ ਸੀ, ਹੁਣ ਦੁਬਾਰਾ ਇਹਨਾਂ ਨੇ ਜੁਆਇਨ ਕੀਤਾ। ਇਹ ਵੀ ਪਾਰਟੀ ਲੀਡਰ ਵਜੋਂ ਇਹਨਾਂ ਦੀ ਵੀ ਪਹਿਲੀ ਇਲੈਕਸ਼ਨ ਆ। ਸੋ ਤਿੰਨੋਂ ਲੀਡਰਾਂ ਦੀ ਪਹਿਲੀ ਇਲੈਕਸ਼ਨ ਆ, ਸੋਨੀਆ ਫਸਟਨੋਂ ਦੀ ਦੂਜੀ ਆ, ਅਤੇ ਇਹ ਬੜਾ ਵੱਖਰੀ ਤਰ੍ਹਾਂ ਦਾ ਇਸ ਵੇਲੇ ਮਾਹੌਲ ਜਿਹੜਾ ਬੀ ਸੀ ਦੇ ਵਿੱਚ ਹੋਊਗਾ। ਜਿਹੜੀਆਂ ਰੀਸੈਂਟ ਓਪੀਨੀਅਨ ਪੋਲਸ ਹੋਈਆਂ ਉਹਦੇ ਵਿੱਚ ਬੀ ਸੀ ਕੰਜ਼ਰਵੇਟਿਵ ਜਿਹੜੇ ਆ ਐਨ ਡੀ ਪੀ ਦੇ ਨੇੜੇ ਜਾ ਰਹੇ ਆ, ਅਤੇ ਕੁਛ ਤਰੀਕਿਆਂ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਉਹਨਾਂ ਤੋਂ ਅੱਗੇ ਵੀ ਜਾ ਰਹੇ ਆ। ਡੇਵਿਡ ਦੀ ਪਾਰਟੀ ਜਿਹੜੀ ਥੋੜ੍ਹੀ ਜਿਹੀ ਉੱਤੇ ਆ ਬਿਨਾਂ ਸ਼ੱਕ, ਸੋ ਪੋਲੀਟੀਕਲ ਡੋਨੇਸ਼ਨ ਦੇ ਵਿੱਚ ਐਨ ਡੀ ਪੀ ਦੇ ਹੱਥ ਉੱਤੇ ਆ, ਜਿਹੜੀ ਇਹਨਾਂ ਨੂੰ ਜਿਹੜੀ ਆ ਸਭ ਤੋਂ ਵੱਡੀ ਸਬਸਿਡੀ ਵੀ ਇਲੈਕਸ਼ਨ ਬੀ ਸੀ ਤੋਂ ਇਹਨਾਂ ਨੂੰ ਜਿਹੜੀ ਉਹ ਮਿਲਦੀ ਆ, ਜਿੱਦਾਂ ਵੋਟ ਕਾਊਂਟ ਹੁੰਦਾ 2020 ਦੀ ਇਲੈਕਸ਼ਨ ਦੇ ਵਿੱਚ ਪਹਿਲਾਂ ਕਿੰਨਾ ਸੀ ਉਸ ਹਿਸਾਬ ਦੇ ਨਾਲ ਇਹਨਾਂ ਨੂੰ ਸਬਸਿਡੀ ਮਿਲਦੀ, ਉਹ ਵੀ ਇਹਨਾਂ ਨੂੰ ਫਾਇਦਾ ਹੋਣਾ। ਅਤੇ ਜਿਹੜੀ ਪਾਰਟੀ ਇਹਨੂੰ 1.62 million ਜਿਹੜੇ ਮਿਲਣਗੇ, ਸੋ ਓਫੀਸ਼ੀਅਲ ਅਪੋਜੀਸ਼ਨ ਬੀ ਸੀ ਯੂਨਾਈਟਿਡ ਆ, ਇਹਨਾਂ ਨੂੰ 1.15 million ਬੀ ਸੀ ਗ੍ਰੀ ਮਿਲਣਗੇ, ਅਤੇ ਬੀ ਸੀ ਗ੍ਰੀਨਸ ਨੂੰ $514,000, ਜਦੋਂ ਕਿ ਬੀ ਸੀ ਕੰਜ਼ਰਵੇਟਿਵ ਨੂੰ ਜਿਹੜਾ $64,982 ਮਿਲਣਗੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਵਾਲੇ ਬਟਨ 'ਤੇ ਕਲਿੱਕ ਕਰੋ।